ਅੰਮ੍ਰਿਤਸਰ ਏਰੀਏ ਦੇ ਵਿੱਚ ਨਵਾਂ ਘੋੜਾ ਆ ਗਿਆ ਮਿੱਤਰੋ। ਲਓ ਜੀ ਤੁਹਾਡੇ ਸਾਹਮਣੇ ਇੱਕ ਖੂਬਸੂਰਤ ਨੁੱਕਰਾ ਘੋੜਾ ਲੈ ਕੇ ਆਏ ਜਿਹਦਾ ਨਾਮ ਹੈ ਦਾਰਾ। ਦੋਸਤੋ, ਜਿਵੇਂ ਕਲਾਕਾਰਾਂ ਦੇ ਵਿੱਚੋਂ ਕਲਾਕਾਰ ਅਤੇ ਭਲਵਾਨਾਂ ਦੇ ਵਿੱਚੋਂ ਭਲਵਾਨ ਹੋਏ ਨੇ ਦਾਰਾ ਸਿੰਘ ਜੀ, ਇਸੇ ਤਰ੍ਹਾਂ ਇਹ ਘੋੜਿਆਂ ਦੀ ਦੁਨੀਆ ਦੇ ਦਾਰਾ ਸਿੰਘ ਨੇ। ਜੀ ਹਾਂ, ਬਹੁਤ ਸੋਹਣਾ, ਬਹੁਤ ਚੰਗਾ ਅਤੇ ਚੈਂਪੀਅਨ ਘੋੜਾ ਹੈ ਦਾਰਾ। ਲਓ ਜੀ, ਸਕਰੀਨ 'ਤੇ ਤੁਸੀਂ ਦੇਖ ਰਹੇ ਹੋ ਇੱਕ ਛੋਟੇ ਸਰਦਾਰ ਜੀ ਨੂੰ, ਇਹ ਨੇ ਜੀ ਘੋੜੇ ਦੇ ਮਾਲਕ। ਅਤੇ ਹੁਣ ਆਪਾਂ ਤੁਹਾਨੂੰ ਰੂਬਰੂ ਕਰਾਵਾਂਗੇ ਇਸ ਛੋਟੇ ਸਰਦਾਰ ਜੀ ਦੇ ਡੈਡੀ ਹੁਣਾਂ ਦੇ ਨਾਲ। ਇਹ ਜੀ ਸਰਦਾਰ ਤੇਜ ਪ੍ਰਤਾਪ ਸਿੰਘ ਨਿੱਜਰ, ਨਿੱਜਰ ਸਟੱਡ ਫਰਮ ਦੇ ਮਾਲਕ। ਜੀ ਹਾਂ ਦੋਸਤੋ, ਵੀਰ ਤੇਜ ਪ੍ਰਤਾਪ ਸਿੰਘ ਹੁਣਾਂ ਦਾ ਇਹ 7ਵਾਂ ਘੋੜਾ। ਬਹੁਤ ਸਾਲਾਂ ਤੋਂ ਮੈਂ ਬਾਈ ਤੇਜ ਹੁਣਾਂ ਨੂੰ ਜਾਣਦਾ ਹਾਂ। ਬਹੁਤ ਚੰਗੇ ਚੰਗੇ ਘੋੜੇ ਇਹਨਾਂ ਦੇ ਫਾਰਮ 'ਤੇ ਰਹਿ ਚੁੱਕੇ ਨੇ, ਬਹੁਤ ਚੰਗੇ ਚੰਗੇ ਘੋੜੇ ਪਾਲਦੇ ਆ। 7ਵਾਂ ਘੋੜਾ ਦੋਸਤੋ ਇਹਨਾਂ ਨੇ ਲਿਆ ਇੱਕ ਚੈਂਪੀਅਨ ਨੁਕਰਾ ਘੋੜਾ ਸ਼ਾਨਦਾਰ, ਜਿਹਦਾ ਨਾਮ ਹੈ ਦਾਰਾ। 7 ਘੋੜੇ, 6 ਘੋੜੇ ਪਹਿਲਾਂ ਇਹਨਾਂ ਦੇ ਫਾਰਮ 'ਤੇ ਰਹਿ ਚੁੱਕੇ ਨੇ। ਉਹ 6 ਘੋੜੇ ਵੀ ਚੰਗੇ ਟੌਪ ਕਲਾਸ ਘੋੜੇ ਸੀ। ਅਤੇ ਜਿਵੇਂ ਗੱਲਬਾਤ ਦੌਰਾਨ ਬਾਈ ਤੇਜ ਨੇ ਮੈਨੂੰ ਦੱਸਿਆ ਕਿ ਘੋੜਾ ਉਹ ਚੰਗੇ ਤੋਂ ਚੰਗਾ ਲੱਭ ਕੇ ਲਿਆਉਂਦੇ ਨੇ, ਅਤੇ ਫਿਰ ਜੇ ਕੋਈ ਯਾਰ ਦੋਸਤ, ਕੋਈ ਚੰਗਾ ਗਾਹਕ ਇਹਨਾਂ ਤੋਂ ਘੋੜੇ ਦੀ ਮੰਗ ਕਰ ਲੈਂਦਾ ਅਤੇ ਕਿਸੇ ਨੂੰ ਨਾਰਾਜ਼ ਨਹੀਂ ਕਰਦੇ, ਇਹ ਘੋੜਾ ਗਾਹਾਂ ਦੇ ਵੀ ਦਿੰਦੇ ਨੇ। ਇਸੇ ਤਰ੍ਹਾਂ ਇਹਨਾਂ ਨੇ ਪਹਿਲਾਂ ਵੀ ਘੋੜੇ ਚੰਗੇ ਚਲਾਏ, ਚੰਗਾ ਸਟੱਡ ਫਾਰਮ ਦੀ ਸਰਵਿਸ ਦਿੱਤੀ, ਚੰਗੇ ਚੰਗੇ ਬੱਚੇ ਆਪਣੇ ਏਰੀਏ 'ਚ ਪੈਦਾ ਕੀਤੇ, ਫਿਰ ਮੰਗ ਆਈ ਅਤੇ ਉਹ ਘੋੜੇ ਇਹਨਾਂ ਨੇ ਸੇਲ ਕਰਤੇ, ਅਤੇ ਫਿਰ ਇੱਕ ਨਵਾਂ ਘੋੜਾ ਲੈ ਕੇ ਆਏ ਆ ਜਿਸ ਦੀ ਖੂਬਸੂਰਤੀ ਤੁਹਾਡੇ ਸਾਹਮਣੇ ਹੈ। ਬਹੁਤ ਚੰਗਾ, ਬਹੁਤ ਸੋਹਣਾ, ਬਹੁਤ ਚੰਗੀ ਬਨਾਵਟ ਵਾਲਾ। ਦੇਖੋ ਗਰਦਨ ਦਾ ਸਟਾਈਲ ਦੇਖੋ, ਕੰਨ ਦੇਖੋ, ਫੇਸ ਦੇਖੋ, ਅਤੇ ਬਹੁਤ ਜ਼ਿਆਦਾ ਸੋਹਣਾ ਘੋੜਾ ਜੀ ਦਾਰਾ। ਆਓ ਗੱਲ ਕਰਦੇ ਹਾਂ ਦਾਰਾ ਕਿਹੜੇ ਘੋੜੇ ਦਾ ਬੱਚਾ। ਇਹ ਹੈ ਜੀ ਫੇਮਸ ਲੈਜੈਂਡ ਘੋੜੇ ਨੂਰੇ ਦਾ ਬੱਚਾ। ਨੂਰਾ ਹੈ ਜੀ ਬਾਕਰਪੁਰ ਵਾਲਾ। ਤਕਰੀਬਨ ਜਿੰਨੇ ਵੀ ਹਾਰਸ ਲਵਰ ਨੇ, ਨੁਕਰਾ ਘੋੜਾ ਰੱਖਣ ਵਾਲੇ ਨੇ, ਘੋੜਾ ਪ੍ਰੇਮੀ ਨੇ, ਉਹ ਜਾਣਦੇ ਆ ਕਿ ਨੂਰਾ ਬਾਕਰਪੁਰ ਦਾ ਮਕਾਮ ਕੀ ਹੈ ਚੰਗੇ ਚੰਗੇ ਘੋੜੇ ਪੈਦਾ ਕਰਨ ਦੇ ਵਿੱਚ। ਅਤੇ ਖੁਦ ਇੱਕ ਬਹੁਤ ਜ਼ਿਆਦਾ ਖੂਬਸੂਰਤ ਘੋੜਾ ਜੀ ਨੂਰਾ। ਅਤੇ ਇਹ ਜੋ ਬੱਚਾ ਤੁਸੀਂ ਦੇਖ ਰਹੇ ਹੋ ਨੂਰੇ ਬਾਕਰਪੁਰ ਦਾ, ਇਹਦਾ ਨਾਮ ਹੈ ਦਾਰਾ। ਅਤੇ ਦਾਰਾ ਜੋ ਘੋੜਾ ਹੈ ਇਸਦੇ ਵਿੱਚ ਇਸਦੇ ਪਿਓ ਦੀ ਝਲਕ ਸਾਫ਼ ਨਜ਼ਰ ਆਉਂਦੀ ਹੈ। ਇੱਕ ਤਾਂ ਦੋਸਤੋ ਇਹ ਸਾਫ਼ ਬਹੁਤ ਹੈ, ਕੋਈ ਕਾਲੇ ਦਾਗ ਨਹੀਂ, ਕੋਈ ਫੁਲਕਾਰੀ ਨਹੀਂ। ਦੂਜਾ ਇਸਦੇ ਕੱਦ ਦੀ ਗੱਲ ਕਰੀਏ ਤਾਂ 64 ਇੰਚ ਦੋਸਤੋ ਇਹਦਾ ਕੱਦ ਹੈ, ਅਤੇ ਕੰਨ ਬਹੁਤ ਛੋਟਾ ਛੋਟਾ ਇਹਨੂੰ ਲੱਗਾ, ਅਤੇ ਕੁੰਡੀ ਵਾਲਾ ਕੰਨ ਹੈ। ਨਿੱਜਰ ਸਟੱਡ ਫਰਮ ਦਾ ਪਤਾ ਜਲਦੀ ਜਲਦੀ ਨੋਟ ਕਰ ਲਓ, ਹੋਰ ਵੀਡੀਓ ਹਜੇ ਲੰਮੀ ਆ, ਹੋਰ ਗੱਲਾਂ ਬਾਤਾਂ ਕਰਾਂਗੇ। ਹਜੇ ਆਪਾਂ ਤੁਹਾਨੂੰ ਦਾਰੇ ਦੇ ਸੋਹਣੇ ਸੋਹਣੇ ਟੌਪ ਕਲਾਸ ਰਿਜ਼ਲਟ ਵਿਖਾਉਣੇ ਆ, ਇਹਦੇ ਬੱਚੇ ਵਿਖਾਉਣੇ ਆ। ਪਤਾ ਨੋਟ ਕਰ ਲਓ, ਨਿੱਜਰ ਸਟੱਡ ਫਰਮ, ਤਹਿਸੀਲ ਅਜਨਾਲਾ, ਪਿੰਡ 5 ਗਰਾਈਆਂ ਨਿੱਜਰਾਂ, ਜ਼ਿਲ੍ਹਾ ਅੰਮ੍ਰਿਤਸਰ ਸਾਹਿਬ। ਜੀ ਹਾਂ, ਆਪਾਂ ਤਾਂ ਮਾਝੇ ਵਾਲੇ ਅੰਮ੍ਰਿਤਸਰ ਸਾਹਿਬ ਕਹਿੰਦੇ ਹਾਂ, ਅਤੇ ਜਿਹੜੇ ਮਾਝੇ ਤੋਂ ਬਾਹਰ ਦੇ ਨੇ ਉਹ ਅੰਮ੍ਰਿਤਸਰ ਨੂੰ ਅੰਬਰਸਰ ਕਹਿ ਦਿੰਦੇ ਆ ਜੀ। ਅਤੇ ਚੇਤਾ ਰੱਖ ਲਿਓ ਅੰਮ੍ਰਿਤਸਰ ਅੰਬਰਸਰ 'ਚ ਫਰਕ ਤਾਂ ਬੜਾ ਬੋਲਣ 'ਚ, ਪਰ ਸ਼ਹਿਰ ਇੱਕੋ ਹੀ ਹੈ। ਜੀ ਹਾਂ ਦੋਸਤੋ, ਤੁਸੀਂ ਵੇਖ ਰਹੇ ਹੋ ਅੰਮ੍ਰਿਤਸਰ ਏਰੀਏ ਦਾ ਇੱਕ ਨਵਾਂ ਨੁਕਰਾ ਘੋੜਾ ਜਿਹਦਾ ਨਾਮ ਹੈ ਦਾਰਾ।
ਅਤੇ ਦਾਰੇ ਦੀ ਦੋਸਤੋ ਸਟੱਡ ਸਰਵਿਸ ਦੀ ਜਿਹੜੀ ਓਪਨ ਕਰ ਦਿੱਤੀ ਹੈ, ਮੀਟਿੰਗ ਇਹਦੀ ਓਪਨ ਹੈ। ਮੀਟਿੰਗ ਫੀਸ ਰੱਖੀ ਹੈ ਬਾਈ ਹੁਣਾਂ ਨੇ 25,000। ਹੁਣ ਫਿਰ ਉੱਥੇ ਗੱਲ ਆ ਗਈ, ਮਾਝੇ ਵਾਲੇ ਆਉਂਦੇ ਆ 25,000 ਰੁਪਈਆ, ਅਤੇ ਮਾਝੇ ਤੋਂ ਬਾਹਰ ਵਾਲੇ ਵੀਰ ਕਹਿ ਦਿੰਦੇ ਆ 25,000। 25,000 ਫੀਸ ਹੈ ਜੀ, ਪਰ ਜਿਹੜੇ ਮੇਰੇ ਮਾਝੇ ਦੇ ਭਰਾ ਆ ਉਹਨਾਂ ਵਾਸਤੇ ਮੈਂ ਉਹੀ ਕਹੂੰਗਾ ਕਿ ਵੀਰ ਜੀ 25,000 ਰੁਪਈਆ ਫੀਸ ਹੈ ਘੋੜੇ ਦੀ। ਅਤੇ ਜਿਨ੍ਹਾਂ ਨੂੰ ਸਾਡੇ ਮਾਝੇ ਨਾਲ ਪਿਆਰ ਆ, ਮਾਝੇ ਦੀ ਬੋਲੀ ਨਾਲ ਪਿਆਰ ਆ, ਵੀਡੀਓ ਦੇਖ ਕੇ ਕਮੈਂਟ ਜ਼ਰੂਰ ਕਰਿਓ ਅਤੇ ਦੱਸਿਓ ਫਿਰ ਕਿੱਦਾਂ ਦਾ ਲੱਗਾ ਸਾਡਾ ਘੋੜਾ। ਇਹਦਾ ਨਾਂ ਹੈ ਜੀ ਦਾਰਾ, ਬਹੁਤ ਸੋਹਣਾ ਨਾਂ ਹੈ, ਬਹੁਤ ਚੰਗਾ ਘੋੜਾ ਹੈ। ਅਤੇ 2020 ਦੇ ਵਿੱਚ ਦੋਸਤੋ ਇਹ ਘੋੜਾ ਬਟਾਲੇ ਸਰਕਾਰੀ ਸ਼ੋਅ ਹੋਇਆ ਸੀ, 11ਵਾਂ ਲਾਈਵ ਸਟੋਕ ਕੰਪੀਟੀਸ਼ਨ ਜਿਹੜਾ ਸਰਕਾਰ ਵੱਲੋਂ ਕਰਾਇਆ ਗਿਆ ਸੀ, ਉਦੋਂ ਇਹ 2 ਦੰਦ ਵਛੇਰਾ ਸੀ ਅਤੇ ਪਹਿਲੇ ਨੰਬਰ 'ਤੇ ਇਹ ਵਛੇਰਾ ਆਇਆ ਜੀ, ਫਸਟ ਆਇਆ ਸੀ ਦਾਰਾ ਬਟਾਲੇ ਦੇ ਸਰਕਾਰੀ ਸ਼ੋਅ ਦੇ ਵਿੱਚ, ਜਾਨੀ ਕਿ ਆਲ ਇੰਡੀਆ ਚੈਂਪੀਅਨ ਇਹ ਬਣਿਆ ਸੀ 2 ਦੰਦ ਦੇ ਵਿੱਚ। ਉਸ ਤੋਂ ਬਾਅਦ ਇਹਨੇ ਮੁਕਤਸਰ ਦੇ ਵਿੱਚ ਵੀ ਜਿਹੜਾ ਸ਼ੋਅ ਲੜਿਆ, ਵੀ ਮੁਕਤਸਰ ਸਾਹਿਬ ਦੇ ਵਿੱਚ ਵੀ ਇਹਨੇ ਸ਼ੋਅ ਲੜਿਆ, ਉੱਥੇ ਵੀ ਇਹ ਚੈਂਪੀਅਨ ਬਣਿਆ ਸੀ, ਯਾਨੀ ਕਿ ਸ਼ੋਅ ਜਿੱਤ ਚੁੱਕਿਆ ਜੀ। ਸ਼ੋਅ ਚੈਂਪੀਅਨ ਘੋੜਾ ਅੱਜ ਤੁਹਾਡੇ ਸਾਹਮਣੇ ਹੈ ਜਿਹਦਾ ਨਾਮ ਹੈ ਦਾਰਾ। ਉਹ ਵੇਖਿਓ ਸਾਹਮਣੇ ਇੱਕ ਬੰਦਾ ਤੁਰਿਆ ਜਾਂਦਾ ਖੁੱਲ੍ਹੀ ਜੀ ਪੈਂਟ ਵਾਲਾ, ਅਤੇ ਮੈਨੂੰ ਲੱਗਦਾ ਵੀ ਘੋੜਾ ਨਾ ਉਹਨੇ ਉੱਤੇ ਚੜ੍ਹਾ ਦੇਣਾ। ਉਹ ਵੇਖੀ 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 ਪਰਾਂ ਹੋ ਜਾਵੇ, ਵੇਖਿਆ ਆ ਚੱਲਾ ਕਿ ਨਹੀਂ ਤਰਲੇ। ਆਓ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਇੱਕ ਸੁੰਦਰ ਖੂਬਸੂਰਤ ਦਾਰੇ ਘੋੜੇ ਦੇ ਬੱਚਿਆਂ ਬਾਰੇ, ਇਹਦੇ ਰਿਜ਼ਲਟਾਂ ਬਾਰੇ। ਤੁਸੀਂ ਸਕਰੀਨ 'ਤੇ ਵੇਖ ਰਹੇ ਹੋ ਇੱਕ ਖੂਬਸੂਰਤ ਛੋਟਾ ਜਿਹਾ ਵਛੇਰਾ। ਦੋਸਤੋ ਇਹ ਫੋਟੋ ਵੀਰ ਹੋਣਾਂ ਨੇ ਬੜੀ ਕਾਲੀ ਅਤੇ ਜਲਦੀ ਖਿੱਚ ਲਈ, ਹਜੇ ਕੋਈ ਟਾਈਮ ਨਹੀਂ ਸੀ ਫੋਟੋ ਖਿੱਚਣ ਦਾ ਕਿਉਂਕਿ ਹਜੇ ਤਾਂ ਵਛੇਰਾ ਮਸਾ ਘੰਟੇ ਕੁ ਦਾ ਹੀ ਹੋਇਆ। ਹੁਣ ਇਹ ਘੋੜੀ ਸੂਈ ਹੈ ਤਾਜ਼ਾ ਹੀ, ਅਤੇ ਘੋੜੀ ਸੂਣ ਦੀ ਤਰੀਕ ਵੀ ਤੁਹਾਨੂੰ ਦੱਸ ਦਿੰਦੇ ਹਾਂ, 1 ਮਈ 2024। ਹੁਣੇ ਆ ਵੀਡੀਓ ਤੁਸੀਂ ਦੇਖ ਰਹੇ ਹੋ, ਆ 2 ਦਿਨ ਪਹਿਲਾਂ ਹੀ ਘੋੜੀ ਸੂਈ ਆ ਅਤੇ ਘੰਟਾ ਹੀ ਹੋਇਆ ਸੀ ਘੋੜੀ ਸੂਈ ਨੂੰ, ਅਤੇ ਵੀਰ ਹੋਣਾਂ ਨੇ ਫੋਟੋ ਖਿੱਚ ਕੇ ਦਵਾ ਦਵਾ ਪਾ ਦਿੱਤੀ ਗਿੱਲੀ ਗਿੱਲੀ ਵੀ ਵੇਖੋ ਜੀ ਵੇਖੋ ਦਾਰੇ ਦਾ ਰਿਜ਼ਲਟ ਕਿੱਡਾ ਟੌਪ ਦਾ ਆ। ਵਛੇਰਾ ਆਇਆ, ਲੱਤਾਂ ਦੇਖੋ, ਲੰਬਾਈ ਦੇਖੋ, ਰੰਗ ਢੰਗ ਦੇਖੋ, ਘੋੜਾ ਵੀ ਵੱਧ ਤੋਂ ਵੱਧ ਸੋਹਣਾ ਅਤੇ ਬੱਚਾ ਘੋੜੇ ਤੋਂ ਵੀ ਵੱਧ ਸੋਹਣਾ। ਅਤੇ ਹੋਰ ਵੀ ਬੱਚੇ ਤੁਹਾਨੂੰ ਦਿਖਾਉਂਦੇ ਹਾਂ, ਬਾਈ ਨੇ ਜਿਵੇਂ ਦੱਸਿਆ ਕਹਿੰਦੇ ਕਿ 500 ਤੋਂ ਜ਼ਿਆਦਾ ਘੋੜੀ ਜਿਹੜੀ ਔਨ ਰਿਕਾਰਡ ਹੈ, ਸਾਡੇ ਕੋਲ ਲਿਖਿਆ ਪਿਆ ਕਿ 500 ਤੋਂ ਜ਼ਿਆਦਾ ਘੋੜੀ ਆਪਾਂ ਪਿਛਲੇ 2-3-4 ਸਾਲਾਂ ਦੇ ਵਿੱਚ ਇਸ ਤੋਂ ਮਿਲਾ ਦਿੱਤੀਆਂ ਨੇ ਅਤੇ ਚੰਗੇ ਚੰਗੇ ਰਿਜ਼ਲਟ ਅਤੇ ਚੰਗੇ ਚੰਗੇ ਬੱਚੇ ਦੇ ਆਏ ਆ। ਅਤੇ ਹੋਰ ਭਰਾ ਹੋਣਾਂ ਨੇ ਆਪਾਂ ਨੂੰ ਫੋਨ 'ਤੇ ਗੱਲ ਦੱਸੀ ਸੀ, ਬਾਈ ਜੱਸੇ ਹੁਣਾਂ ਦੇ ਕੋਲ ਘੋੜਾ ਪਹਿਲਾਂ ਰਹਿ ਚੁੱਕਾ, ਅਤੇ ਬਾਈ ਜੱਸੇ ਨੇ ਆਪਾਂ ਨੂੰ ਦੱਸਿਆ ਸੀ ਕਿ ਵੀਰ ਜੀ ਇਹਦਾ ਕੋਈ ਵੀ ਨੁਕਰਾ ਵਛੇਰਾ 3 ਲੱਖ ਤੋਂ ਥੱਲੇ ਨਹੀਂ ਵਿਖਿਆ, ਬਹੁਤ ਚੰਗੇ ਕੱਦ ਬਾਡੀ ਅਤੇ ਸੋਹਣੇ ਕੰਨਾਂ ਦੇ ਬੱਚੇ ਆਉਂਦੇ ਆ। ਵਛੇਰੀਆਂ ਤਾਂ ਵਿਕਦੀਆਂ 5-6 ਲੱਖ ਦੀਆਂ, ਪਰ ਕਹਿੰਦੇ ਇਹਦੇ ਵਛੇਰੇ ਵੀ 3-3 ਲੱਖ ਦੇ ਵਿਕਦੇ ਰਹੇ ਆ। ਦਾਰਾ ਘੋੜਾ ਜੀ ਨੂਰੇ ਬਾਕਰਪੁਰ ਦਾ ਬੱਚਾ, ਇਸ ਵੇਲੇ ਖੜਾ ਜੀ ਪਿੰਡ 5 ਗਰੀਆਂ ਨਜ਼ਰਾਂ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ। ਨਾਲ ਨਾਲ ਦੋਸਤੋ ਤੁਹਾਨੂੰ ਹੋਰ ਰਿਜ਼ਲਟ ਦਿਖਾਉਂਦੇ ਹਾਂ, ਵੇਖੋ ਜੀ ਤੁਸੀਂ ਦਾਰੇ ਦੇ ਖੂਬਸੂਰਤ ਬੱਚੇ, ਚੰਗੇ ਚੰਗੇ ਰਿਜ਼ਲਟ। ਅਤੇ ਬਾਈ ਦਾ ਨੰਬਰ ਨੋਟ ਕਰ ਲਓ, 98-554-98-815। ਬਾਈ ਤੇਜ ਪ੍ਰਤਾਪ ਨਿੱਜਰ ਦੇ ਕੋਲ ਦੋਸਤੋ ਇਹ ਘੋੜਾ, ਅਤੇ ਦਰਸ਼ਨ ਕਰਨ ਜ਼ਰੂਰ ਆਇਓ। ਜਿੱਦਾਂ ਦੀ ਬਾਈ ਜੀ ਦੀ ਇੱਕ ਫੋਟੋ ਮੈਂ ਪਾ ਦਿੱਤੀ ਹੈ ਨਾ, ਇੱਕ ਫੋਟੋ ਆਪਾਂ ਇਹਦੀ ਖਿੱਚੀ, ਉਹ ਫੋਟੋ ਆਪਾਂ ਦਿੱਤੀ ਪਾ ਇੰਸਟਾਗ੍ਰਾਮ ਫੇਸਬੁੱਕ 'ਤੇ, 6-6,000-7-7,000 ਲਾਈਕ ਹੀ ਆ ਗਏ ਇਹਦੀ ਫੋਟੋ ਨੂੰ। ਅਤੇ ਜਿੱਦਾਂ ਦੀ ਮੈਨੂੰ ਬਾਈ ਨੇ ਦੱਸਿਆ ਵੀ ਆਪਾਂ ਇਹਦੀ ਫੋਟੋ ਪਾਈ ਹੈ, 4-5 ਘੋੜੀਆਂ ਉੱਦਣ ਹੀ ਮਿਲ ਗਈਆਂ। ਬਹੁਤ ਜ਼ਿਆਦਾ ਲੋਕਾਂ ਨੇ ਦਾਰੇ ਨੂੰ ਪਸੰਦ ਕੀਤਾ, ਸਾਡੇ ਅੰਮ੍ਰਿਤਸਰ ਏਰੀਏ ਦੇ ਵਿੱਚ ਤੋਹਫ਼ਾ ਹੀ ਆ ਗਿਆ ਹਿਸਾਬ ਨਾਲ ਦੋਸਤੋ।
ਇਹਦਾ ਮੌਕਾ ਚੰਗਾ ਜੇ ਘੋੜੀਆਂ ਜਿਹਨੇ ਵੀ ਮਿਲਾਉਣੀਆਂ ਨੂਰੇ ਬਾਕਰਪੁਰ ਦੇ ਬੱਚਿਆਂ ਦੇ ਰਿਜ਼ਲਟ ਲੈਣੇ ਆ ਅਤੇ ਨੂਰੇ ਦਾ ਬੱਚਾ ਜੀ ਦਾਰਾ ਅਤੇ ਦਾਰੇ ਦੇ ਅੱਗੇ ਰਿਜ਼ਲਟ ਆ ਰਹੇ ਨੇ ਟੋਪੋ ਟੋਪ। ਇਹਦੀ ਮਾਂ ਦੀ ਗੱਲ ਕਰੀਏ ਦੋਸਤੋ, ਇਹਦੀ ਮਾਂ ਹੈਗੀ ਜੇ ਸੂਰਜ ਘੋੜੇ ਦੀ, ਅਤੇ ਜਿਹੜਾ ਸਮੁੰਦਰ ਘੋੜਾ ਆ ਬਾਈ ਭਲਵਾਨ ਦੇ ਕੋਲ, ਇਹਦੀ ਮਾਂ ਸਮੁੰਦਰ ਦੀ ਭੈਣ ਸੀ, ਨੁਕਰੀ ਘੋੜੀ ਸੀ, ਚੰਗੇ ਕੱਦ ਕਾਠ ਵਾਲੀ, ਯਾਨੀ ਕਿ ਮਾਂ ਵੱਲੋਂ ਇਹ ਸਮੁੰਦਰ ਵਾਲੀ ਲਾਈਨ ਹੋ ਗਿਆ ਅਤੇ ਪਿਓ ਵੱਲੋਂ ਹੋ ਗਿਆ ਜੀ ਨੂਰਾ। ਅਤੇ ਜੁੜੇ ਰਹੋ ਆਪਣੇ ਪੇਜ ਗੁਰਦੇਵ ਫੋਟੋਗ੍ਰਾਫਿਕਸ ਨਾਲ, ਇਸ ਚੈਨਲ 'ਤੇ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ ਘੋੜਿਆਂ ਬਾਰੇ ਚੰਗੀਆਂ ਚੰਗੀਆਂ ਵੀਡੀਓ, ਚੰਗੀ ਚੰਗੀ ਜਾਣਕਾਰੀ ਵਾਲੀਆਂ ਵੀਡੀਓ। ਜੁੜੇ ਰਹੋ ਮੇਰੇ ਪੇਜ ਨਾਲ, ਫੇਰ ਮਿਲਾਂਗੇ ਇੱਕ ਨਵੇਂ ਘੋੜੇ ਨਾਲ, ਇੱਕ ਨਵੀਂ ਜਾਣਕਾਰੀ ਲੈ ਕੇ। ਧੰਨਵਾਦ ਦੋਸਤੋ, ਥੈਂਕ ਯੂ ਸੋ ਮੱਚ, ਲਵ ਯੂ।